ਅੰਮ੍ਰਿਤਸਰ ਵਿਖੇ ਡੀਸੀ ਦਫ਼ਤਰ ਵਿੱਚ ਵਿਲਸਨ ਗਿੱਲ ਵਾਈਸ ਚੇਅਰਮੈਨ ਦੀ ਅਗਵਾਈ ਵਿੱਚ ਮਸੀਹੀ ਬਰਾਦਰੀ ਦੀ ਭਾਰੀ ਇਕੱਤਰਤਾ ਹੋਈ, ਜਿਸ ਵਿੱਚ ਬੁਲਾਰਿਆਂ ਵੱਲੋਂ ਬੇਰਿੰਗ ਯੂਨੀਅਨ ਕ੍ਰਿਸਚਨ ਕਾਲਜ ਵਿੱਚ ਪ੍ਰਸ਼ਾਸਨ ਵੱਲੋਂ ਬੇਲੋੜੀ ਦਖਲਅੰਦਾਜ਼ੀ ਕਰਕੇ ਭੂ ਮਾਫੀਆ ਦੇ ਲੋਕਾਂ ਦੇ ਹਿੱਤਾਂ ਦੀ ਪੂਰਤੀ ਵਾਸਤੇ ਕਾਲਜ ਦੀ ਗਰਾਊਂਡ ਵਿੱਚੋਂ ਸੜਕ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਮਸੀਹੀ ਬਰਾਦਰੀ ਵੱਲੋਂ ਇਸ ਦੀ ਰੋਕ ਲਈ ਅੰਮ੍ਰਿਤਸਰ ਦੇ ਡੀਸੀ ਨੂੰ ਮੰਗ ਪੱਤਰ ਦਿੰਦੇ ਹੋਏ ਨਜ਼ਰ ਆਏ। ਇਸ ਦੌਰਾਨ ਮਸੀਹੀ ਭਾਈਚਾਰੇ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ। ਹਾਂ, ਮੈਂ ਰੈਵਰੈਂਟ ਉਲਫਤਰਾਜ, ਕੌਮੀ ਚੇਅਰਮੈਨ ਕ੍ਰਿਸਚਨ ਪੀਸ ਕੌਂਸਲ ਆਫ ਇੰਡੀਆ। ਅੱਜ ਜੋ ਵੀ ਬੇਰਿੰਗ ਯੂਨੀਅਨ ਕਾਲਜ ਬਟਾਲਾ ਵਿਖੇ ਕੁਝ ਭੂ ਮਾਫੀਆ ਉੱਥੇ ਕਾਲਜ ਦੀ ਗਰਾਊਂਡ ਵਿੱਚੋਂ ਸੜਕ ਕੱਢਣਾ ਚਾਹੁੰਦੇ ਹੋ, ਅਤੇ ਆਪੋਜਿਟ ਅਸੀਂ ਪੂਰੇ ਪੰਜਾਬ ਦੇ ਹੈੱਡ ਆਫ ਜ਼ਿਲ੍ਹਾ ਕੁਆਟਰਾਂ 'ਤੇ ਮੈਮੋਰੀਅਮ ਦੇ ਰਹੇ ਹਾਂ। ਕ੍ਰਿਸਚਨ ਪੀਸ ਕੌਂਸਲ ਆਫ ਇੰਡੀਆ ਵੱਲੋਂ ਵੀ ਅੱਜ ਅਸੀਂ ਇਹ ਸਮਰਥਨ ਦੇ ਰਹੇ ਹਾਂ CNA ਦੇ ਇਸ ਐਜੀਟੇਸ਼ਨ ਨੂੰ ਕਿ ਉੱਥੇ ਕੋਈ ਸੜਕ ਨਹੀਂ ਬਣਨੀ ਚਾਹੀਦੀ ਔਰ ਮਸੀਹ ਭਾਈਚਾਰਾ ਇੱਕ ਆ, ਤਾਂ ਕਿ ਮਸੀਹ ਭਾਈਚਾਰੇ 'ਚ ਜ਼ਿਆਦਾ ਰੋਸ ਨਾ ਹੋਵੇ। ਉਹ ਜਿਹੜੀ ਸੜਕ ਉੱਥੇ ਬਣਾਉਣਾ ਚਾਹੁੰਦਾ ਪ੍ਰਸ਼ਾਸਨ, ਉਹ ਬੰਦ ਹੋਣੀ ਚਾਹੀਦੀ ਹੈ। ਧੰਨਵਾਦ। ਮੈਂ ਜੌਨ ਕੋਟਲੀ, ਹਾਂਜੀ ਹਾਂਜੀ, ਸਾਬਕਾ ਮੈਂਬਰ ਕ੍ਰਿਸਚਨ ਵੈਲਫੇਅਰ ਬੋਰਡ। ਹਾਂਜੀ, ਔਰ ਇਹ ਜਿਹੜੀ ਬਟਾਲੇ ਦੇ ਵਿੱਚ ਮੰਦਭਾਗੀ ਘਟਨਾ ਹੋਈ ਹੈ ਬੇਰਿੰਗ ਕਾਲਜ, ਕਿਉਂਕਿ ਬੇਰਿੰਗ ਕਾਲਜ ਇੱਕ ਐਸਾ ਕਾਲਜ ਹੈ ਜਿੱਥੋਂ ਬਹੁਤ ਵੱਡੇ ਵੱਡੇ ਪਲੇਅਰ ਬਣ ਕੇ ਨਿਕਲੇ, ਬਹੁਤ ਵੱਡੇ ਵੱਡੇ ਜਿਹੜੇ ਨੇ ਉੱਥੇ ਸਟੂਡੈਂਟ ਜਿਹੜੇ ਸੀ ਆਫਿਸਰ ਬਣ ਕੇ ਨਿਕਲੇ, ਪਰ ਇਹ ਮਸੀਹ ਭਾਈਚਾਰੇ ਦੇ ਉੱਪਰ ਜਿਹੜਾ ਤਸ਼ੱਦਦ ਸਰਕਾਰਾਂ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ, ਇਹ ਮਸੀਹ ਭਾਈਚਾਰਾ ਤਕੜੇ ਤੌਰ 'ਤੇ ਇਹਦਾ ਖੰਡਨ ਕਰਦਾ, ਇਹਦਾ ਵਿਰੋਧ ਕਰਦਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਅਸੀਂ ਸ਼ਾਂਤੀ ਦੇ ਨਾਲ ਅਸੀਂ ਇੱਕ ਦੋ ਦਿਨ 'ਚ ਪ੍ਰਦਰਸ਼ਨ ਜਿਹੜਾ ਅੱਜ ਕਰ ਰਹੇ ਹਾਂ, ਔਰ ਉਹਦੇ ਬਾਅਦ ਜੇਕਰ ਫਿਰ ਵੀ ਸਰਕਾਰਾਂ ਨੇ ਸਾਡੀ ਆਵਾਜ਼ ਨਾ ਸੁਣੀ ਤਾਂ ਇਹ ਜਿਹੜਾ ਬਹੁਤ ਤਿੱਖੇ ਪ੍ਰਦਰਸ਼ਨ ਜਿਹੜੇ ਆ ਉਹ ਸਰਕਾਰ ਨੂੰ ਝੇਲਣੇ ਪੈਣਗੇ, ਔਰ ਮਜਬੂਰ ਹੋਣਾ ਪਊਗਾ ਕਿ ਇਹ ਜਿਹੜਾ ਆ ਬੇਰਿੰਗ ਕਾਲਜ ਦਾ ਜਿਹੜਾ ਆ ਇਹਦੇ 'ਤੇ ਕਿਸੇ ਵੀ ਭੂ ਮਾਫੀਆ ਦਾ ਕਬਜ਼ਾ ਨਾ ਹੋਇਆ ਜਾਏ, ਇਹਨੂੰ ਯਕੀਨੀ ਬਣਾਉਣਾ ਪਊਗਾ ਸਰਕਾਰਾਂ ਨੂੰ। ਮੇਰਾ ਨਾਮ ਵਿਲਸਨ ਮਸੀਹ ਗਿੱਲ ਹੈ, ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਵਾਈਸ ਚੇਅਰਮੈਨ ਹੈ, ਔਰ ਪਿਛਲੇ ਦਿਨਾਂ ਦੇ ਵਿੱਚ ਸਾਡੇ ਬਟਾਲੇ ਬੇਰਿੰਗ ਕਾਲਜ ਹੈ, ਉਹਦੇ ਬਹੁਤ 150 ਸਾਲ ਪੁਰਾਣਾ ਕਾਲਜ ਹੈ, ਉੱਥੇ ਤਹਿਸੀਲਦਾਰ ਔਰ ਪਿਛਲੇ ਸਮੇਂ ਦੇ ਵਿੱਚ ਤਹਿਸੀਲਦਾਰ ਔਰ SDM ਨੇ ਆਣ ਕੇ ਉੱਥੇ ਆਪਣੀ ਨਾਲ ਪੂਰੀ ਫੋਰਸ ਨੂੰ ਲੈ ਕੇ ਇੱਥੇ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਅਸੀਂ ਨਹੀਂ ਕਰਨ ਦੇਵਾਂਗੇ। ਜਦੋਂ ਉੱਥੋਂ ਦੇ ਪ੍ਰਿੰਸੀਪਲ ਔਰ ਐਡਮਿਨਿਸਟ੍ਰੇਟਰ ਨੂੰ ਪਤਾ ਲੱਗਾ ਹੈ ਔਰ ਉਹਨਾਂ ਨੇ ਜਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਫਿਰ ਮੌਕੇ 'ਤੇ ਪੁਲਿਸ ਆਈ ਆ, ਮੌਕੇ 'ਤੇ DSP ਸਾਹਿਬ ਆਏ ਨੇ, ਔਰ DSP ਸਾਹਿਬ ਦੀ ਹਾਜ਼ਰੀ ਦੇ ਵਿੱਚ SDM ਸਾਹਿਬ ਨੇ ਇਹ ਵਾਅਦਾ ਕੀਤਾ ਹੈ ਕਿ ਅਸੀਂ ਇੱਥੇ ਅੱਗੇ ਤੋਂ ਨਹੀਂ ਆਵਾਂਗੇ, ਔਰ ਗਲਤੀ ਦੇ ਨਾਲ ਅਸੀਂ ਇੱਥੇ ਆ ਗਏ ਹਾਂ, ਔਰ ਇਹ ਕਾਲਜ ਬਹੁਤ ਪੁਰਾਣਾ ਇਤਿਹਾਸਿਕ ਕਾਲਜ ਹੈ ਔਰ ਇਹ ਮਸ਼ੀਨਰੀ ਕਾਲਜ ਹੈ, ਇਹਦੇ ਵਿੱਚ ਹਰ ਘੱਟ ਗਿਣਤੀ ਦੇ ਔਰ ਹਰ ਵਰਗ ਦੇ ਲੋਕਾਂ ਨੇ ਪੜ੍ਹ ਕੇ ਇੱਥੋਂ ਦੀਆਂ ਬਹੁਤ ਵਧੀਆ ਸੇਵਾਵਾਂ ਨਿਭਾਈਆਂ, ਜਿਹਦੇ ਵਿੱਚ IAS ਅਫਸਰ, PCS ਅਫਸਰ ਔਰ ਨੈਸ਼ਨਲ ਖਿਡਾਰੀ ਲੈਵਲ ਦੇ ਵੀ ਬਣੇ ਨੇ, ਜਿਨ੍ਹਾਂ ਦੇ ਨਾਮ ਤੁਹਾਨੂੰ ਅਸੀਂ ਮੰਗ ਪੱਤਰ ਦੇ ਵਿੱਚ ਦੱਸੇ ਨੇ, ਔਰ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਦੇ ਕੋਲੋਂ, ਪੰਜਾਬ ਸਰਕਾਰ ਦੇ ਕੋਲੋਂ, ਕਿ ਇਹ ਜਿਹੜਾ ਕਾਲਜ ਹੈ ਇਸ ਦੇ ਵਿੱਚ ਬਲਕਿ ਇਹਦੇ ਹੱਕ ਦੇ ਵਿੱਚ ਦਖਲ ਅੰਦਾਜ਼ੀ ਕਰਨ ਔਰ ਇਸ ਚੀਜ਼ ਨੂੰ ਰੋਕਿਆ ਜਾਵੇ। ਧੰਨਵਾਦ। ਮੇਰਾ ਨਾਮ ਪਾਦਰੀ ਵਿਜੇ ਕੁਮਾਰ ਹੈ ਔਰ ਮੈਂ ਕ੍ਰਾਈਸਟਚਰਚ ਕੈਥੇਡ੍ਰਲ ਰਾਮਬਾਗ ਦਾ ਪਾਦਰੀ ਹਾਂ, ਔਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਇਸ ਸਾਲ ਦੇ ਵਿੱਚ ਤੀਸਰਾ ਇੱਕ ਹਾਦਸਾ ਹੈ ਜਿਹੜਾ ਘੱਟ ਗਿਣਤੀ ਖਾਸ ਕਰਕੇ ਮਸੀਹ ਸਮਾਜ ਦੇ ਨਾਲ ਹੋ ਰਿਹਾ ਹੈ, ਔਰ ਅਸੀਂ ਪ੍ਰਸ਼ਾਸਨ ਦੇ ਅੱਗੇ ਮੰਗ ਕਰਦੇ ਹਾਂ ਕਿ ਜਿਹੜੀ ਬੇਰਿੰਗ ਕਾਲਜ ਦੇ ਵਿੱਚ ਇਹ ਇੱਕ ਨਵੀਂ ਸੜਕ ਦੀ ਯੋਜਨਾ ਬਣਾ ਰਹੇ ਹਨ ਉਹਨੂੰ ਬੰਦ ਕੀਤਾ ਜਾਵੇ, ਔਰ ਜਿਹੜਾ ਸਾਡਾ ਇਤਿਹਾਸਿਕ ਸਕੂਲ ਹੈ, ਕਾਲਜ ਹੈ, ਜਿਹਦੇ ਦੁਆਰਾ ਅਸੀਂ ਸਿੱਖਿਆ ਹਰ ਇੱਕ ਵਰਗ ਦੇ ਲੋਕਾਂ ਨੂੰ ਪ੍ਰਦਾਨ ਕਰਦੇ ਹਾਂ, ਉਹਦੇ ਵਿੱਚ ਕੋਈ ਵੀ ਰੁਕਾਵਟ ਨਾ ਪਾਉਣ, ਔਰ ਸਾਡੀ ਪ੍ਰਸ਼ਾਸਨ ਦੇ ਅੱਗੇ ਔਰ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਅੱਗੇ ਇਹੀ ਮੰਗ ਹੈ ਕਿ ਇਸ ਕੰਮ ਦੇ ਉੱਤੇ ਰੋਕ ਲਗਾਈ ਜਾਵੇ ਤਾਂ ਕਿ ਜਿਹੜਾ ਸਾਡਾ ਕਾਲਜ ਦਾ ਕਾਰਵਾਈ ਹੈ, ਜਿਹੜਾ ਸਾਡਾ ਕਾਰਵਿਹਾਰ ਹੈ, ਉਹਨੂੰ ਅਸੀਂ ਸਹੀ ਢੰਗ ਦੇ ਨਾਲ ਕਰ ਸਕੀਏ। ਬੇਰਿੰਗ ਯੂਨੀਅਨ ਕ੍ਰਿਸਚਨ ਕਾਲਜ ਜਿਹੜਾ ਬਟਾਲੇ ਦੇ ਵਿੱਚ ਆ, ਉੱਥੇ ਕੋਈ ਲੈਂਡ ਦੇ ਇਸ਼ੂ ਬਾਰੇ ਦੱਸ ਰਿਹਾ ਇਹ, ਮੈਨੂੰ ਉਹਦੀ ਡਿਟੇਲਸ ਨਹੀਂ ਪਤਾ ਕਿਉਂਕਿ ਇਹ ਅੰਮ੍ਰਿਤਸਰ ਡਿਸਟ੍ਰਿਕਟ 'ਚ ਨਹੀਂ ਪੈਂਦਾ, ਗੁਰਦਾਸਪੁਰ ਡਿਸਟ੍ਰਿਕਟ 'ਚ ਪੈਂਦਾ, ਔਰ ਇਹਨਾਂ ਨੇ ਇਹ ਵੀ ਦੱਸਿਆ ਮੈਨੂੰ ਕਿ ਇਹਨਾਂ ਨੇ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਦੇ ਧਿਆਨ ਦੇ ਵਿੱਚ ਲਿਆਂਦਾ ਹੈਗਾ, SDM ਸਾਹਿਬ ਬਟਾਲਾ ਦੇ ਵੀ ਔਰ DC ਸਾਹਿਬ ਗੁਰਦਾਸਪੁਰ ਦੇ ਵੀ, ਔਰ ਆਈ ਐਮ ਸ਼ੋਰ ਕਿ ਉਹ ਦੇਖ ਕੇ ਰਿਕਾਰਡ ਜੋ ਵੀ ਸਹੀ ਹੋਏਗਾ ਉਹ ਜੋ ਸਹੀ ਕਾਰਵਾਈ ਹੈ ਜੀ ਉਹ ਕੀਤੀ ਜਾਏਗੀ ਜੀ, ਔਰ ਜਿਹੜਾ ਇਹਨਾਂ ਦਾ ਮੈਂਬਰ ਹੈ ਅਸੀਂ ਜ਼ਰੂਰ ਫੋਰਵਰਡ ਕਰ ਦਾਂਗੇ ਜੀ। ਥੈਂਕ ਯੂ।